ਸਤਿ ਸ਼੍ਰੀ ਅਕਾਲ ਜੀ ਪੰਜਾਬੀ ਟੇਸ਼ਨ ਤੁਸੀਂ ਦੇਖ ਰਹੇ ਹੋ ਮੈਂ ਯੋਗੇਸ਼ ਗੁਰਨਾ ਅੱਜ ਮੇਰੇ ਨਾਲ ਸੁਖਵਿੰਦਰ ਉਰਫ ਮਿੱਠੂ ਜੀ ਮੌਜੂਦ ਨੇ ਜਿਨ੍ਹਾਂ ਨੇ ਆਪਣੇ ਪਿਆਰ ਦੀ ਖਾਤਰ 18-19 ਸਾਲ ਸੰਘਰਸ਼ ਲੜਿਆ ਜੀ ਸੋ ਅੱਜ ਉਹਨਾਂ ਦੀ ਜੀਵਨੀ ਅਤੇ ਉਹਨਾਂ ਦੀ ਲਾਈਫ ਅਤੇ ਉਹਨਾਂ ਦੇ ਸੰਘਰਸ਼ ਦੇ ਉੱਪਰ ਫਿਲਮ ਬਣਨ ਜਾ ਰਹੀ ਹੈ ਜੀ ਉਹਨਾਂ ਨਾਲ ਕੁਝ ਖਾਸ ਗੱਲ ਕਰਦੇ ਹਾਂ ਭਾਅ ਜੀ ਸਤਿ ਸ਼੍ਰੀ ਅਕਾਲ ਭਾਅ ਜੀ ਤੁਸੀਂ 18-19 ਸਾਲ ਸੰਘਰਸ਼ ਕੀਤਾ ਆਪਣੇ ਪਿਆਰ ਦੇ ਲਈ ਇਨਸਾਫ ਲੈਣ ਦੇ ਲਈ ਕਿਹੜੀ ਚੀਜ਼ ਸੀ ਜਿਹੜੀ ਤੁਹਾਡੇ ਮਨ ਦੇ ਅੰਦਰ ਤੁਹਾਨੂੰ ਵਾਰ ਵਾਰ ਕਰਦੀ ਰਹੀ ਕਿ ਨਹੀਂ ਯਾਰ ਮੈਂ ਪਿੱਛੇ ਨਹੀਂ ਹਟਣਾ ਮੈਂ ਪਿੱਛੇ ਜੀ ਪਿਆਰ ਕੀਤਾ ਮੇਰੀ ਗੱਲ ਤੁਹਾਨੂੰ ਜਾਨ ਬਾਰੀ ਮੇਰੇ ਤੋਂ ਜੀ ਠੀਕ ਹੈ ਨਾ ਮੈਂ ਵੀ ਜਾਨ ਤੋਂ ਵੱਧ ਪਿਆਰ ਕਰਦੇ ਪਿੱਛੇ ਰਹਿਣਾ ਕਦੇ ਸਮਝ ਨਹੀਂ ਕਦੇ ਸੋਚ ਹੀ ਨਹੀਂ ਮਾਰੀ ਜੀ ਉਹਨਾਂ ਵੱਲੋਂ ਪ੍ਰੈਸ਼ਰ ਤੁਹਾਡੇ 'ਤੇ ਕਾਫੀ ਪਾਇਆ ਗਿਆ ਕਾਫੀ ਉਹਨਾਂ ਨੇ ਕਹਿ ਲਓ ਪੋਲੀਟੀਕਲ ਪ੍ਰੈਸ਼ਰ ਜਾਂ ਪੁਲਿਸ ਨੇ ਵੀ ਕਈ ਵਾਰ ਤੁਹਾਡਾ ਸਾਥ ਨਹੀਂ ਦਿੱਤਾ ਅਤੇ ਫਿਰ ਵੀ ਕਿਹੜੀ ਤੁਸੀਂ ਮਤਲਬ ਸਟਰਗਲ ਕਰਦੇ ਰਹੇ ਕਿਸ ਇਨਸਾਨ ਨੇ ਤੁਹਾਡਾ ਸਾਥ ਦਿੱਤਾ ਕਿ ਯਾਰ ਅਸੀਂ ਤੇਰੇ ਨਾਲ ਖੜੇ ਦੇਖੋ ਜੀ ਸਭ ਤੋਂ ਜ਼ਿਆਦਾ ਮਾਈ ਫੈਮਿਲੀ ਆ ਮੇਰੇ ਫੈਮਿਲੀ ਜੀ ਰਿਸ਼ਤੇਦਾਰ ਨੇ ਜੀ ਬਹੁਤ ਸਪੋਰਟ ਕੀਤਾ ਔਰ ਕੁਝ ਬਾਹਰੋਂ ਅਫਸਰ ਵੀ ਹੈਗੇ ਆ ਉਸ ਦੇ ਵਿੱਚ ਵੀ ਆ ਜਿਨ੍ਹਾਂ ਨੇ ਮੇਰੀ ਸਪੋਰਟ ਇੰਨੇ ਸਾਲਾਂ ਬਾਅਦ ਤੁਹਾਨੂੰ ਇਨਸਾਫ ਮਿਲਿਆ ਕਿਸ ਹੱਦ ਤੱਕ ਤੁਸੀਂ ਸੰਤੁਸ਼ਟ ਜੀ ਬਹੁਤ ਜ਼ਿਆਦਾ ਸੰਤੁਸ਼ਟ ਤਾਂ ਹਜੇ ਹੋਣਾ ਵੀ ਉਹ ਸਜ਼ਾ ਹੋ ਜੀ ਹੈ ਨਾ ਫਿਲਹਾਲ ਵੀ ਬੜੀ ਖੁਸ਼ੀ ਆ ਵੀ ਲੋਕਾਂ ਨੂੰ ਧੰਨਵਾਦ ਦੀਆਂ ਕੈਨੇਡਾ ਪੁਲਿਸ ਦਾ ਅਤੇ ਕੈਨੇਡਾ ਗੌਰਮੈਂਟ ਦਾ ਅਤੇ ਇੰਡੀਆ ਦੀ ਪੁਲਿਸ ਦਾ ਸੰਗਰੂਰ ਪੁਲਿਸ ਦਾ ਵੀ ਜਿਹੜੇ ਉਹਨਾਂ ਨੂੰ ਉੱਧਰੋਂ ਲੈ ਕੇ ਆਏ ਫਿਲਮ ਲਈ ਤੁਸੀਂ ਯੈਸ ਕਰ ਦਿੱਤੀ ਤੁਹਾਨੂੰ ਲੱਗਦਾ ਕਿ ਇਸਦਾ ਬੈਨੀਫਿਟ ਹੋਏਗਾ ਕਿਉਂਕਿ ਜਿਹੜੀ ਓਨਰ ਕਿਲਿੰਗ ਅੱਜ ਕੱਲ੍ਹ ਵੀ ਹੁੰਦੀ ਆ ਉਹ ਲੋਕਾਂ ਨੂੰ ਥੋੜ੍ਹੀ ਬਹੁਤ ਅਕਲ ਆਏਗੀ ਬਿਲਕੁਲ ਜੀ ਵੀਰ ਜੀ ਬਹੁਤ ਵੱਡੀ ਉਮੀਦ ਕਰਦਾ ਵੀ ਲੋਕਾਂ ਨੂੰ ਮਾੜੀ ਮੋਟੀ ਫਿਲਮ ਦੇਖ ਕੇ ਕਾਫੀ ਨੌਲੇਜ ਆਊਗੀ ਜੀ ਨਵੀਂ ਯੰਗ ਜਨਰੇਸ਼ਨ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਿਨ੍ਹਾਂ ਨੇ ਅੱਜ ਕੱਲ੍ਹ ਪਿਆਰ ਦਾ ਮਜ਼ਾਕ ਬਣਾ ਲਿਆ ਹੈ ਪਰ ਤੁਸੀਂ 20 ਸਾਲ ਅੱਜ ਵੀ ਆਪਣੇ ਪਿਆਰ ਦੇ ਲਈ ਦੇ ਰਹੇ ਹੋ ਅਤੇ ਦਿਨ ਰਾਤ ਲੱਗੇ ਹੋਏ ਦੇਖੋ ਵੀਰ ਜੀ ਪਿਆਰ ਇਹ ਥੋੜ੍ਹਾ ਹੁੰਦਾ ਵੀ ਇੱਥੇ ਚਲੇ ਗਏ ਇਹਨੂੰ ਦੇਖ ਰਹੇ ਜੀ ਮਗਰ ਲੱਗੇ ਉਹ ਪਿਆਰ ਨਹੀਂ ਆ ਪਿਆਰ ਤਾਂ ਰੱਬ ਦਾ ਹੀ ਦੇਣਾ ਇੱਕ ਠੀਕ ਹੈ ਨਾ ਇਹ ਤਾਂ ਕਿਸਮਤ ਵਾਲੇ ਨੂੰ ਪਿਆਰ ਮਿਲਦਾ ਜੀ ਹਰ ਕਦੇ ਬਸ ਦੀ ਗੱਲ ਨਹੀਂ ਪਿਆਰ ਮਿਲ ਜੀ ਫਿਲਮ ਇੱਕ ਬਹੁਤ ਵੱਡੀ ਰਿਸਪੋਂਸਿਬਿਲਟੀ ਹੁੰਦੀ ਹੈ ਆਖਰੀ ਸਵਾਲ ਤੁਹਾਨੂੰ ਲੱਗਦਾ ਕਿ ਜਿਸ ਤਰ੍ਹਾਂ ਤੁਹਾਡੀ ਕਹਾਣੀ ਹੈ ਫਿਲਮ ਉਸ ਤਰ੍ਹਾਂ ਪਰਦੇ 'ਤੇ ਆਊਗੀ ਦੇਖੋ ਜੀ ਉਮੀਦ ਕਰਦਾ ਬਹੁਤ ਵੱਡੀ ਉਮੀਦ ਹੈ ਵੀਰ ਜੀ ਉਹਨਾਂ ਤੋਂ ਵੀ ਮੇਰੀ ਉਹਦੇ ਫਿਲਮ ਮੇਰੀ ਪਰਦੇ 'ਤੇ ਲੈ ਕੇ ਆਉਣਗੇ ਜੀ ਥੈਂਕ ਯੂ ਭਾਅ ਜੀ ਸੋ ਇਹ ਸੀ ਮੇਰੇ ਨਾਲ ਸੁਖਵਿੰਦਰ ਉਰਫ ਮਿੱਠੂ ਜੀ ਜਿਨ੍ਹਾਂ ਨੇ 19 ਸਾਲ ਆਪਣੇ ਪਿਆਰ ਦੀ ਖਾਤਰ ਸੰਘਰਸ਼ ਲੜਿਆ ਜੀ ਅਤੇ ਕਹਿ ਲਓ ਕਿ ਜੱਸੀ ਸਿੱਧੂ ਮਰਡਰ ਕੇਸ ਨੂੰ ਕੌਣ ਨਹੀਂ ਜਾਣਦਾ ਸੋ ਇਹਨਾਂ ਦੀ ਕਹਾਣੀ ਦੇ ਉੱਪਰ ਫਿਲਮ ਬਣ ਜਾ ਰਹੀ ਹੈ ਜੋ ਕਿ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਜੀ ਸੋ ਸਲਿਊਟ ਹੈ ਜੀ ਇਹੋ ਜਿਹੀ ਸ਼ਖਸੀਅਤ ਨੂੰ ਜਿਹਨੇ ਆਪਣੇ ਪਿਆਰ ਦੀ ਖਾਤਰ 19 ਸਾਲ ਸੰਘਰਸ਼ ਲੜਿਆ ਅੱਜ ਵੀ ਲੜ ਰਹੇ ਨੇ ਅਤੇ ਉਹਨਾਂ ਨੂੰ ਜ਼ਰੂਰ ਉਮੀਦ ਕਰਦੇ ਸਜ਼ਾ ਹੋਏਗੀ ਜਿਨ੍ਹਾਂ ਨੇ ਇਹਨਾਂ ਦੇ ਪਿਆਰ ਨੂੰ ਇਸ ਜਹਾਨ ਤੋਂ ਕਹਿ ਲਓ ਕਿ ਅਲੱਗ ਕਰ ਦਿੱਤਾ ਉਹਨਾਂ ਨੂੰ ਮਾਰ ਦਿੱਤਾ ਓਨਰ ਕਿਲਿੰਗ ਕਰ ਦਿੱਤੀ ਸੋ ਪੰਜਾਬੀ ਟੇਸ਼ਨ ਦੀ ਇਸ ਖਾਸ ਮੁਲਾਕਾਤ ਦੇ ਵਿੱਚ ਇੰਨਾ ਹੀ ਜੀ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ